ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਇੱਥੇ ਮੀਂਹ ਝੱਖੜ ਨੇ ਮਚਾਈ ਤਬਾਹੀ ਆਈ ਤਾਜ਼ਾ ਵੱਡੀ ਖਬਰ ਵੀਡੀਓ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਇੰਨੇ ਦਿਨੀ ਖਰਾਬ ਹੋਣ ਵਾਲੇ ਮੌਸਮ ਨੇ ਫਸਲਾਂ ਲਈ ਭਾਰੀ ਨੁਕਸਾਨ ਪਹੁੰਚਾ ਦਿੱਤਾ ਹੈ ਜੀ ਜਾਣਕਾਰੀ ਸਮੇਂ-ਸਮੇਂ ਤੇ ਅਸੀਂ ਲੋਕਾਂ ਨੂੰ ਮੌਸਮ ਦੇ ਸਬੰਧੀ ਮਹੱਈਆ ਕਰਵਾ ਰਹੇ ਹਾਂ ਜੀ ਅੱਜ 20 ਸਵੇਰੇ ਚੈਨਲ ਤੇ ਵੀਡੀਓ ਜਾਣਕਾਰੀ ਵਾਲੀ ਪਾਈ ਗਈ ਆ ਕਿਸਾਨ ਵੀਰ ਜਰੂਰ ਜਾ ਕੇ ਚੈੱਕ ਕਰਨ ਉੱਥੇ ਹੀ ਮੌਸਮ ਦੇ ਨਾਲ ਫਸਲਾਂ ਨੂੰ ਨੁਕਸਾਨ ਹੋਣ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਜੀ ਪੰਜਾਬ ਦੇ ਵਿੱਚ ਮੀਂਹ ਝੱਖੜ ਨੇ ਤਬਾਹੀ ਮਚਾਤੀ ਆ ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਆ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਅੰਦਰ ਬਰਸਾਤ ਅਤੇ ਝੱਖੜ ਹਨੇਰੀ ਆਉਣ ਦੀ ਖਬਰ ਦਿੱਤੀ ਗਈ ਆ ਉਸ ਦੇ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਅੰਦਰ ਤੇਜ਼ ਝੱਖੜ ਹਨੇਰੀ ਤੇ ਮੀਂਹ ਨਾਲ ਫਸਲ ਨੂੰ ਭਾਰੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਆ ਜਿਹੜੇ ਸਾਡੇ ਸਰੋਤੇ ਵੀਰ ਬਠਿੰਡਾ ਤੋਂ ਵੀਡੀਓ ਦੇਖ ਰਹੇ ਨੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਜ਼ਰੂਰ ਲਿਖਣ ਫਸਲਾਂ ਨੂੰ ਨੁਕਸਾਨ ਪਹੁੰਚਣ ਨਾਲ ਜਿੱਥੇ ਅਨਾਜ ਦੇ ਵਿੱਚ ਖਰਾਬੀ ਹੋਵੇਗੀ ਉੱਥੇ ਹੀ ਕਿਸਾਨਾਂ ਨੂੰ ਜਿਹੜਾ ਸਹੀ ਮੁੱਲ ਮਿਲਣ ਦੇ ਵਿੱਚ ਮੁਸ਼ਕਲ ਪੇਸ਼ ਆਵੇਗੀ ਕਣਕ ਦੀ ਫਸਲ ਪੱਕਣ ਅਤੇ ਹੁਣ ਵਾਢੀ ਸ਼ੁਰੂ ਹੋਣ ਦਾ ਸਮਾਂ ਹੈ ਉਸ ਤੇਜ਼ ਹਨੇਰੀ ਝੱਖੜ ਦੇ ਕਾਰਨ ਕਈ ਜਗ੍ਹਾ ਦੇ ਉੱਪਰ ਬਿਜਲੀ ਸਪਲਾਈ ਠੱਪ ਹੋਣ ਕਾਰਨ ਕਣਕ ਦੀ ਫਸਲ ਵਿਛ ਜਾਣ ਦੀਆਂ ਖਬਰਾਂ ਵੀ ਸਾਹਮਣੇ ਨੇ ਸੋ ਬਿਜਲੀ ਵੀ ਠੱਪ ਹੋ ਗਈ ਹੈ ਕਈ ਇਲਾਕਿਆਂ ਦੇ ਵਿੱਚ ਕਣਕ ਧਰਤੀ ਤੇ ਡਿੱਗ ਜਾਣ ਨਾਲ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਖਦ사 ਜ਼ਾਹਰ ਕੀਤਾ ਜਾ ਰਿਹਾ ਉੱਥੇ ਹੀ ਉੱਚੋ ਮੰਡੀ ਭਗਤਾ ਰੋਡ ਦੇ ਉੱਪਰ ਦਰਖਤ ਜਿਹੜੇ ਸੜਕ ਦੇ ਉੱਪਰ ਡਿੱਗ ਪਏ ਨੇ ਨੈਸ਼ਨਲ ਹਾਈਵੇ ਦੇ ਉੱਪਰ ਡਿੱਗ ਪਏ ਨੇ ਜਿਸ ਕਰਕੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਆ ਦਰਖਤ ਡਿੱਗਣ ਦੇ ਕਾਰਨ ਸੜਕ ਤੇ ਲੰਬਾ ਲੰਬਾ ਜਿਹੜਾ ਜਾਮ ਲੱਗ ਚੁੱਕਾ ਏ ਸ਼ਹਿਰ ਦੇ ਵਿੱਚ ਬਿਜਲੀ ਸਪਲਾਈ ਠਾਪੇ ਤੇਜ਼ ਤੂਫਾਨ ਦੇ ਕਾਰਨ ਦੁਕਾਨਾਂ ਤੇ ਹੋਲਡਿੰਗ ਬੋਰਡ ਅਤੇ ਹੋਰ ਵੀ ਉੱਡ ਕੇ ਬਹੁਤ ਦੂਰ ਜਾ ਕੇ ਡਿੱਗੇ ਨੇ ਕਈਆਂ ਨੂੰ ਸਮਾਨ ਲੱਭ ਨਹੀਂ ਰਿਹਾ ਤੇ ਫਸਲ ਦੇ ਵੱਡੇ ਨੁਕਸਾਨ ਹੋਣ ਦਾ ਡਰ ਪੈਦਾ ਹੋ ਗਿਆ ਏ ਸੋ ਦੋਸਤੋ ਇਹ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਮੌਸਮ ਨੇ ਜਿਹੜਾ ਪੰਜਾਬ ਦੇ ਵਿੱਚ ਕਹਿਰ ਮਚਾ ਦਿੱਤਾ ਏ ਤੁਹਾਡੇ ਰਾਤ ਕੀ ਬਣਿਆ ਕਮੈਂਟ ਸੈਕਸ਼ਨ ਚੋਂ ਜਾਣਕਾਰੀ ਸਾਂਝੀ ਕਰ ਸਕਦੇ ਹੋ ਧੰਨਵਾਦ